ਫਰਿਸ਼ਤਾ ਰੂਹ ਕਾ ਬਣੀ ਹੈ। ਉਹ ਕੁਰਾਨ ਪਾਕ ਦਾ ਹਵਾਲਾ ਯਾਦ ਕਰਿਆ, ਅੱਲਾ ਫਰਮਾਉਂਦਾ ਮਾ ਕਾਨਾ ਲਿਲ ਮੁਸ਼ਰਕੀਨਾ ਆਈ ਯਾ ਮਰੂ ਮਸਾਜਿਦ ਅੱਲਾ। ਸ਼ਿਰਕ ਕਰਨ ਵਾਲਿਆਂ ਨੂੰ ਮਸੀਤਾਂ ਬਣਾਉਣ ਦੀ ਇਜਾਜ਼ਤ ਨਹੀਂ। ਅੱਲਾ ਕਰੀਮ ਕਿਵੇਂ ਫਰਮਾਇਆ, ਸ਼ਾਹਿਦੀਨ ਅਲਾ ਅਨਫੁਸਿਹਿਮ ਬਿਲ ਕੁਫਰ, ਉਹ ਤਾਂ ਆਪਣੇ ਉੱਤੇ ਕੁਫਰ ਦੀ ਗਵਾਹੀ ਦੇ ਰਹੇ ਨ। ਅੱਲਾਹੋ ਅੱਲਾਹ, ਕੁਫਰ ਦੀ ਗਵਾਹੀ ਦਾ ਤੁਹਾਨੂੰ ਅੰਦਾਜ਼ ਸੁਣਾਇਆ, ਮਰਦੇ ਵੇਲੇ ਆਪਣੇ ਉੱਤੇ ਆ ਫਤਵਾ ਲਾਉਣਾ ਜੋ ਅਸਾਂ ਕਾਫਿਰ ਰਹੇ ਹਾਂ। ਅੱਛਾ ਅੱਲਾਹ, ਜੇ ਸ਼ਿਰਕ ਕਰਨ ਵਾਲਾ ਮਸਜਿਦ ਬਣਾ ਵੀ ਛੋੜੇ, ਖਗ ਦੇ ਦੋਸਤਾਂ ਜ਼ਰਾ ਗੱਲ ਸਮਝਣੀ ਹੈ, ਸ਼ਿਰਕ ਕਰਨ ਵਾਲਾ ਬਣਾਵੇ ਤਾਂ ਨਹੀਂ ਠੀਕ ਹੈ, ਤੇ ਜੇ ਬਣਾ ਵੀ ਛੋੜੇ, ਮਸਜਿਦ ਬਣਾਉਣਾ ਤਾਂ ਆਪਣੀ ਜਗ੍ਹਾ ਤੇ ਰਹਿ ਗਿਆ, ਸ਼ਿਰਕ ਕਰਨ ਵਾਲੇ ਦੇ ਸਾਰੇ ਨੇਕ ਅਮਲ ਬਰਬਾਦ। ਹਦੀਸ ਪਾਕ ਯਾਦ ਕਰੋ, ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਕਿ ਫਰਮਾਇਆ ਕਿ ਸ਼ਿਰਕ ਦੇ ਹੋਣਿਆਂ ਕੋਈ ਨੇਕ ਅਮਲ ਵੀ ਬੰਦੇ ਨੂੰ ਫਾਇਦਾ ਨਹੀਂ ਦੇ ਸਕਦਾ। ਆਪ ਨੇ ਕੀ ਫਰਮਾਇਆ, ਕਾਲ ਨਬੀ ਸੱਲੱਲਾਹੁ ਅਲੈਹਿ ਵਸੱਲਮ ਮਮ ਬਨਾ ਲਿਲਾਹਿ ਮਸਜਿਦਾ ਬਨੱਲਾਹੁ ਲਹੂ ਬੈਤਨ ਫਿਲ ਜੰਨਾ ਔ ਕਮਾ ਕਾਲ ਨਬੀ ਸੱਲੱਲਾਹੁ ਅਲੈਹਿ ਵਸੱਲਮ। ਜਿਹੜਾ ਬੰਦਾ ਅੱਲਾ ਦੀ ਰਜ਼ਾ ਵਾਸਤੇ ਮਸਜਿਦ ਤਾਮੀਰ ਕਰੇ ਸੀ, ਇਹ ਜੈ ਬੰਦੇ ਵਾਸਤੇ ਅੱਲਾ ਨੇ ਜੰਨਤ ਦੇ ਅੰਦਰ ਮਹਿਲ ਤਾਮੀਰ ਕਰਨਾ ਹੈ। ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਸੱਚ ਫਰਮਾਇਆ ਹੈ, ਮਸਜਿਦ ਬਣਾਉਣ ਵਾਲੇ ਵਾਸਤੇ ਜੰਨਤ ਦੇ ਅੰਦਰ ਮਹਿਲ ਅੱਲਾ ਨੇ ਬਣਾਉਣਾ ਹੈ, ਲੇਕਿਨ ਉਹ ਬੰਦਾ ਜਿਹੜਾ ਮੁਵਹਿਦ ਹੋਇਆ। ਸ਼ਿਰਕ ਕਰਨ ਵਾਲੇ ਨੂੰ ਮਸਜਿਦ ਬਣਾਉਣ ਦਾ ਸਵਾਬ ਤੇ ਫਾਇਦਾ ਨਹੀਂ, ਜਿਵੇਂ ਕੁਰਾਨ ਪਾਕ ਦਾ ਐਲਾਨ ਉਨੇ ਆਮਨਾ ਦੇ ਲਾਲ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ, ਫਰਮਾਇਆ ਉਲਾਇਕਾ ਹਬਤਤ ਅਮਾਲੁਹੁਮ ਵਾ ਫਿਲ ਨਾਰਿਹੁਮ ਖਾਲਿਦੂਨ। ਸ਼ਿਰਕ ਕਰਨ ਵਾਲਾਂ ਦੀਆਂ ਸਾਰੀਆਂ ਨੇਕੀਆਂ ਬਰਬਾਦ ਤੇ ਜਹੰਨਮ ਦੀ ਅੱਗ ਦੇ ਅੰਦਰ ਇਨਾ ਹਮੇਸ਼ਾ ਰਹਿ। ਇਹ ਗੱਲ ਸੁਣ ਲਓ ਤੇ ਇਹ ਵੀ ਮੈਂ ਨਾਲ ਦੱਸਣਾ, ਸ਼ਿਰਕ ਹੁੰਦਾ ਕਿਵੇਂ ਇਹ ਵੀ ਦੱਸਣਾ ਹੈ, ਪਰ ਜ਼ਰਾ ਇਹ ਹਵਾਲਾ ਤਾਂ ਸੁਣ ਲਓ। ਅੱਲਾ ਮਸਜਿਦ ਕੌਣ ਬਣਾਵੇ, ਇਹ ਤਾਂ ਪਤਾ ਚੱਲੇ ਨਾ, ਮਸਜਿਦ ਕੌਣ ਬਣਾਵੇ, ਫਰਮਾਇਆ ਇਨਮਾ ਯਾਮਰੂ ਮਸਾਜਿਦ ਅੱਲਾਹ। ਮਸਜਿਦ ਤਾਮੀਰ ਕਰੇ ਕੌਣ ਕਰੇ, ਅੱਲਾਹ। ਫਰਮਾਇਆ ਮਨ ਆਮਨਾ ਬਿੱਲਾ, ਜਿਸ ਯਕੀਨ ਹੋਵੇ ਅੱਲਾਹ ਨਾਲ। ਅੱਲਾ ਨੂੰ ਮੰਨਣ ਉੱਚਾ ਆਖੋ, ਕਿਸ ਨਾਲ, ਤੇ ਜਿਸ ਦਾ ਯਕੀਨ ਹੋਵੇ ਮੁਰਦਾ ਨਾਲ। ਉਹ ਕਿਉਂ ਬਣਾਵੇ, ਜਿਸ ਦਾ ਯਕੀਨ ਹੋਵੇ ਕਾਲੇ ਨੀਲੇ ਸਾਵੇ ਪੀਲੇ ਝੰਡੇ ਨਾਲ। ਉਹ ਕਿਉਂ ਬਣਾਵੇ, ਸੁਣਦੇ ਬੈਠੇ ਹੋ, ਚੋਟੀ ਨਾਲ ਯਕੀਨ, ਇਹ ਛਾਪਾਂ ਨਾਲ ਯਕੀਨ, ਅੰਗੂਠੀਆਂ, ਇਹ ਖੂਬਸੂਰਤੀ ਨੇ, ਮਤਾ ਸਮਝਿਆ ਕੋਈ ਨਫਾ ਨੁਕਸਾਨ ਇਸੀ ਚ। ਹਜ਼ਰਤ ਉਮਰ ਰਜ਼ੀ ਅੱਲਾਹੁ ਤਾਲਾ ਅਨਹੁ ਦੇ ਅਕੀਦੇ ਦੀ ਸ਼ਾਨ ਤੋਂ ਕੁਰਬਾਨ ਜਾਵਾਂ, ਆਪਣੀ ਤਲਵਾਰ ਦੀ ਨੋਕ ਹਜਰੇ ਅਸਵਦ ਦੇ ਉੱਤੇ ਰੱਖ ਕੇ ਤੇ ਫਰਮਾ ਰਹੇ ਤਵਾਫ ਕਰਨ ਵਾਲੇ ਸਾਥੀਆਂ ਨੂੰ, ਤੁਸਾਂ ਵੀ ਸੁਣ ਲਓ, ਹਜਰੇ ਅਸਵਦ ਦੀ ਉੱਤੇ ਤਲਵਾਰ ਦੀ ਨੋਕ ਰੱਖੀ ਖਲੋਤਾ, ਫਰਮਾਨੇ ਨਿੰਨੀ ਆਲਮ ਅੰਨਕਾ ਹਜਰੁਨ ਲਾ ਤਨਫਉ ਵਲਾ ਤਜ਼ੁਰੁ ਲੌਲਾ ਰਾਇਤੁ ਰਸੂਲੁਲਲਾਹਿ ਸੱਲੱਲਾਹੁ ਅਲੈਹਿ ਵਸੱਲਮ ਕਬਲਕ ਮਾ ਕਬਲਤੁਕ। ਹਜਰੇ ਅਸਵਦ, ਮੈਨੂੰ ਪਤਾ ਹੈ ਤੂੰ ਪੱਥਰੇ ਨਫੇ ਦਾ ਵੀ ਮਾਲਕ ਨਹੀਂ ਤੇ ਨੁਕਸਾਨ ਦਾ ਵੀ ਮਾਲਕ ਨਹੀਂ, ਅਗਰ ਆਪ ਸੱਲੱਲਾਹੁ ਅਲੈਹਿ ਵਸੱਲਮ ਤੈਨੂੰ ਬੋਸਾ ਨਾ ਦਿੱਤਾ ਹੁੰਦਾ, ਮੈਂ ਫਾਰੂਕ ਆਜ਼ਮ ਕਦੀ ਵੀ ਤੈਨੂੰ ਬੋਸਾ ਨਾ ਦੇਵਾਂ। ਖਗ ਵਾਲੋ ਫੈਸਲਾ ਤਾਂ ਕਰੋ,
जन्नत विच आया होया पत्थर ओ नफे नुकसान दा मालिक नहीं, कबरां दे पे होए गीटे ते पथरीटे ए नफे नुकसान दे मालिक किवें बन गए। इंसाफ तां करो, हजरे असवद विचों आवण वाला पत्थर ओ तां नफा नुकसान नहीं पहुंचा सकदा, ए कबरां ते पैन जेरे लाटू हुण चुप कर गए हो, ए नफे नुकसान दे मालिक। हाय किस्मत, सुल्तान बाहू रहमतुल्लाह अलैह दी दरबार दे नाल बेहद दे तले तो पट्टे विछे हन जी। ए तुसा शायद कुछ सुनी सुनी गल समझो, मैं अखी नाल वेख आया इन्हां गुनाहगार अखी नाल, ए के वे बीबियां बैठी हुई बादशाह मौलाना तुहानू के पता, बेर दा दाना डिग पिया ते पुत्र लभणे, पत्ता डिग पिया ते धी लभणी, ते बेर है बड़ी पुरानी रस्सिया नाल बधी हुई, मैं हैरान होके वेखा ते जेकर आवे जखड़े तोरे थल दे, जखड़ी बड़े मशहूर इन ए खुशाब ते जंग ते लैया ते इलाका होया थल दा नूरपुर सारा, ते आ वञे जखड़ ते अंधार ते पूरी बेर ढह पोए। हां वेखा टीमा दियां टीमा तैयार, हजरत मौलाना हुसैन अली रहमतुल्लाह जिन्हां दी तारीफ बंदियालवी साहब दी ज़बान जो सुनदे पे आवे, हजरत मौलाना हुसैन अली रहमतुल्लाह ले फरमांदे ने रब रुसे ते मत खसे, रब रुसे ते हां दुआ करो शल अल्लाह नाराज ना होवे। अल्लाह 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 करीम मस्जिद कौन बनावे, फरमाया इन्नमा यामुरु मसाजिदल्लाहि मन आमना बिल्लाह, ओ मस्जिद तामीर करे जिसा यकीन होवे अल्लाह नाल। हाँ ख्याल कड़े नाल यकीन, छापा ते अंगूठियां नाल यकीन, कन्ना दी कीमतियां नाल यकीन, ना ना कबरां उते रखे हुए पत्थर ते लाटों नाल यकीन, ना ना कबरां उते पए हुए नमक ते पानी नाल यकीन, ना ना कबरां दी मिट्टियां नाल यकीन, ना ना मस्जिदों बनावे जिससे यकीन होवे आमना बिल्ला, किस नाल? अगू कुरान भाग दा हवाला, अल्लाह करीम फरमा दे आज अल तुम शिकायत अल हाज व इमारत अल मस्जिद अल हराम, आयत नंबर 19 सूरत दा नाम सूरत तौबा दे 10वां 12 बैतुल्लाह शरीफ दा तवाफ करन वास्ते आवण वाले हाजिया नु सत्तू घोल घोल के पिला रहे न मक्के आले, हलाल दे पैसा नाल बैतुल्ला शरीफ दी तामीर कर रहे न, हलाल दे पैसे जिस वेले खुट गए खाने काबे शरीफ आले कमरे नु छोटा कर छोड़ा, हतीम आली अज भी जेरी जगह बाकी है ए बैतुल्ला शरीफ दे कमरे आला हिस्सा है, हलाल दे पैसे थुड़ गए खाने काबे आले कमरे नु छोटा कर छोड़े है, लेकिन हराम दे पैसा नाल काबे आला कमरा तामीर नहीं कीता, हलाल दे पैसा नाल काबे दी तमीर करन वाले, हक हलाल दे पैसा नाल हाजियां नू सत्तू पिलावन वाले, अल्लाह फरमांदे उलाए का हाबे ता मालहुम, हाजियां नू सत्तू पिलावना भी कम नहीं।